ਕਰਨਾ ਪੈਸੇ ਕੱਢੋ ਇਹਨਾਂ ਦੇ ਮੈਨੂੰ ਇਹੋ ਜਿਹਾ ਵੇਲਾ ਆ ਗਿਆ ਨਾ ਖੁਦਾ ਦੀ ਕਸਮ ਇੰਜ ਖਲੋਤਾ ਰਹਾਂਗਾ ਆ ਪੁੱਤ ਨੂੰ ਕਹੇਗਾ ਛੋਰੇ ਨਾਲ ਰੋਟੀ ਖਾਵੇ ਮੁਰਗੇ ਕਬਰਸਤਾਨ ਬੈਠਾ ਹੋਗਾ ਜਾਂ ਮਸੀਤਾਂ ਬੈਠਾ ਹੋਗਾ ਜੋ ਹੋਇਆ ਭਾਵੇਂ ਪੁੱਤਰ ਵੀਆਂ ਦਾ ਸਾਲ ਲੱਲਾ
نوپائی نہ ہوں ਜਵਾਨ ਕਰਨ ਦਾ ਉਹਨੇ ਕਿਹਾ ਸਾਨੂੰ ਬੁਲਾਈ ਨਾ ਪਾ ਇਹਨੇ ਕੋਈ ਗੱਲ ਨੀ ਆਪਣਾ ਘਰ ਵਸਾਉਣ ਲਈ ਬੰਦਾ ਕੁਛ ਕਰਦਾ ਹੀ ਹੈ ਉਹਨੇ ਕਿਹਾ ਬਾਜੀ ਮੈਂ ਕਿਹਾ ਠੀਕ ਹੈ ਪੁੱਤਰ ਇੱਥੋਂ ਲੜਨ ਲਈ ਜੰਮਦੇ ਆ ਆਪਣੀਆਂ ਫੰਕਸ਼ਨ ਮਾਰ ਕੇ ਚੋਰੀਆਂ ਕਰਕੇ ਬੰਦਾ ਕਰ ਲੈਂਦਾ खुदा दी कसम इंजी खलोता रहा पुत्र कहने छोरे ने रोटी खाते मुड़के कब्रस्तान बैठा होगा या मसीत बैठा होगा सिर्फ तीन रिश्ते ने एक हजूर एक मां का बंद जाएंगे नहीं तो छुट जाएंगे जी
ਮਸਾਲਾ ਪਾ ਦੇ। ਨਹੀਂ ਜੀ ਮੇਰੀ ਘਰ ਦੀ ਪਕਾਉਂਦੀ, ਮੈਂ ਸਿਰ ਔਰ ਕੰਮ ਹੈ, ਉਹਨੂੰ ਮੇਰੀ ਕੁੜੀ ਹੋਈ ਆਪਣਾ ਵੇਚ ਦਿੱਤਾ ਸੀ ਬਾਬੇ ਦੇ ਰਾਸਤਾ ਜੀ, ਉਹ 6 ਕਰੋੜ ਦੀ ਜਗ੍ਹਾ ਹੋ ਗਈ ਹੈ, ਜਾਣਦੇ ਹੋ ਉਹ ਸਾਂਝੀ ਸੀ ਭਰਾ ਮੇਰਾ ਵੱਡਾ ਕਵੇ ਆਪਣੇ ਖਾਤੇ ਪਾ ਲਾ ਆਪਣੇ ਮੈਂ ਕਿਹਾ ਪਾ ਲਈ ਹੈ ਉਹ ਸਿਆਣੇ ਕਹਿੰਦੇ ਤੇ ਜੋ ਖਾ ਲਿਆ ਜੋ ਪਾ ਰਿਹਾ ਉਹ ਆਪਣਾ ਜਿਹੜਾ ਰੱਖਿਆ ਉਹ ਖਾਦਾ ਦੋ ਮਗਰ ਜੀ ਇੱਕ ਖਾਤੇ ਕਿਤੇ ਬੇਟਾ ਮੈਂ 7 ਵਜੇ ਆਉਣਾ, ਮੇਰੇ ਕੋਲ ਅੱਲਾ ਦੇ ਰੂਹ ਆਉਂਦੇ ਨੇ, ਰੋਟੀ ਖਾ ਲੈਂਦੇ ਨੇ, ਅੱਲਾ ਦੀ ਅਰਦਾਸ ਹੋ ਜਾਂਦੀ ਹੈ। ਸੁਣਨ ਵਾਲਿਓ, ਜੇ ਕੋਈ ਦੁਨੀਆਂ ਦੇ ਕੰਮ ਕਰਨਾ ਤੇ ਰਿਸ਼ਤੇ ਕੋ ਵੰਡਦੇ ਰਹੋ ਤੇ ਖਾਂਦੇ ਰਹੋ, 50,000 ਰੁਪਇਆ ਦਾ ਜੋ ਹਜ਼ਾਰ ਭਾਵੇ ਪੁੱਤਰ ਵੀਆਂ ਦਾ ਸਾਲ ਲੱਲਾ। 30 ਸਾਲ ਹੋ ਗਏ ਮੈਨੂੰ ਬੈਠੇ ਨੂੰ, 3 ਬੇਟੇ ਜੰਮ ਛੱਡੇ ਨੇ, ਕੋਈ ਜਾਇਦਾਦ ਨਹੀਂ ਬਣਾਈ, ਅੱਲਾ ਦੀ ਮਖਲੂਕ ਨਾਲ ਪਿਆਰ ਕੀਤਾ ਜੀ। ਗਰੀਬ ਹੈ, ਜਿਹੜਾ ਮਰਜ਼ੀ ਰੇਟ ਦੇ ਦਿੰਦੇ ਆ, 40-50 ਦਾ ਲੈ ਲਓ, 20 ਦਾ ਲੈ ਲਓ, ਜਿੰਨਾ ਮਰਜ਼ੀ ਲੈ ਲਓ।
ਅਸਲਾਮੁਅਲੈਕੁਮ ਜੀ ਵਾਲੇ ਸਲਾਮ ਕੀ ਨਾਮ ਹੈ ਅੰਕਲ ਜੀ ਮੁਹੰਮਦ ਅਲੀ ਮੁਹੰਮਦ ਅਲੀ ਨਾਮ ਤੁਹਾਡਾ ਚੱਲ ਰਿਹਾ ਹਾਂ ਜੀ ਨਾਮ ਮੁਹੰਮਦ ਅਲੀ ਕਿੰਨੀ ਦੇਰ ਤੋਂ ਹੈ 40 ਸਾਲ ਹੋ ਗਏ ਕੀ ਕੀ ਚੀਜ਼ ਆਪਣੇ ਕੋਲ ਹੁੰਦੀ ਹੈ ਹਾਂ ਜੀ ਸ਼ੁਕਰ ਅੱਲਾ ਕਿਹੜੀ ਕਿਹੜੀ ਚੀਜ਼ ਆਪਣੇ ਕੋਲ ਹੁੰਦੀ ਹੈ ਹਲਵਾ ਹਲਵਾ ਚਨੇ ਮੁਰਗਾ ਤੇ ਕੀ ਰੇਟ ਇਹਨਾਂ ਦੇ ਗਰੀਬ ਹੈ ਜਿਹੜਾ ਮਰਜ਼ੀ ਰੇਟ ਦੇ ਦਿੰਦੇ ਆ 40 50 ਦਾ ਦੇ ਹਰਦਾ 50 ਦੇ ਲੈ ਲਓ ਵੀ 30 ਦਾ ਲੈ ਲਓ ਜਿੰਨਾ ਮਰਜ਼ੀ ਲੈ ਲਓ ਠੀਕ ਹੋ ਗਿਆ ਤੇ ਜਗ੍ਹਾ ਦਾ ਨਾਮ ਕੀ ਹੈ ਨਮਕ ਮੰਡੀ ਮਾਥਲ ਬਾਜ਼ਾਰ ਸਰਾਏ ਰਤਨ ਚੱਕ ਠੀਕ ਹੋ ਸਹੀ ਬਹੁਤ ਜਿਹਾ ਲਾ ਜੀ ਘਰੋੜੀ ਵਾਲਾ
ये हमारा बंदे लाल लाल हलवा पसंद करते हैं, लाल लाल हलवा खाते हैं, कच्चा नहीं खाते, कहते लाल सूची करो। मोहम्मद अली आ गए भजन। कैसा टेस्ट है देख लो, एक नंबर की माला की रहमत से, कोई ओजरी को चर्बी नहीं, प्योर कीमत है, कुछ नहीं आता। ये प्याज है 10 किलो से, ये 3 किलो बचा बस पानी। अंदाजे से
ਕਿਤੇ ਨਹੀਂ ਗਿਆ ਹੋਣਾ ਨਹੀਂ ਮਿਲਦਾ Yo, Paul. وعليكم السلام Thank you.
प्याज थोड़ा जी रहा है, प्याज थोड़ा जी रहा है। मूलियां नहीं ले आनी है? मूलियां नहीं ले आनी, मैं क्या खाल लान के जाएगा, मूलियां लेके आओ। मूलियां ले आई है यहां के?
ये मसाला तो मैं निकाल देते हैं। ये देखो ये ठीक है। ਸਾਡਾ ਡਾ ਜੀ ਕੋ 60 ਸਾਲ ਦਾ ਹੈਗਾ ਮੇਰੇ ਵਾਲਿਦ ਸਾਹਿਬ ਸਨ ਪਹਿਲੇ ਉਹ ਵੇਚਦੇ ਰਹੇ ਰੁਪਏ ਦੀਆਂ ਚਾਰ ਤੇ ਧੇਲੀ ਦੀ ਫਿਰ ਬੇ ਦੀ ਜਾਜੂ ਮਹਿੰਗਾਈ ਹੁੰਦੀ ਗਈ ਅਸੀਂ ਵੀ ਫਿਰ ਵਧਾਉਂਦੇ ਗਏ ਰੇ ਹੁਣ 80 ਰੁਪਏ ਦਰਜਨ ਹੈ ਇਹਦੇ 'ਚ ਸਿਰਫ ਕੀਮਾ ਅਤੇ ਪਿਆਜ਼ ਹੁੰਦਾ ਹੋਰ ਕੋਈ ਚੀਜ਼ ਨਹੀਂ ਉਹ ਜਿਹੜੀ ਚਰਬੀ ਅਸੀਂ ਕੋਈ ਚੀਜ਼ ਨਹੀਂ ਹੁੰਦੀ ਬੀਫ ਦੀਆਂ ਬਣਾਈ ਦੀਆਂ ਅੱਲਾ ਦੀ ਰਹਿਮਤ ਨਾਲ ਮਸਾਲੇ ਅੱਛੇ ਨੇ ਸਾਡੇ ਜਿਹੜਾ ਖਾਏਗਾ ਇੱਕ ਵਾਰੀ ਉਹ ਆਪੇ ਹੀ ਦੁਬਾਰਾ ਆਏਗਾ ਉਹ ਫਿਰ ਬੁਲਾਉਣ ਦੀ ਨਹੀਂ ਆਪੇ ਹੀ ਆਏਗਾ ਹਾਜੀ ਟਿੱਕੀਆਂ ਵਾਲਾ ਚੌਂਬਰ ਅਖਵਾਨਾ ਯਾਰ ਰਸੂਲ ਅੱਲਾ ਮਸਜਿਦ ਇਹ ਸਾਡਾ ਐਡਰੈਸ ਹੈ ਅੱਛਾ ਸੌਦਾ ਬਣਾਈ 80 ਰੁਪਏ ਦਰਜਨ 80 ਰੁਪਏ ਦਰਜਨ ਹਮਾਰਾ ਆਪਣਾ ਉਸ ਚਲੇ शनिवार अपना उठ ले तो इतवार वाले दिन मेरा छुट्टी होता है इतवार वाले दिन जब भी छुट्टी होता है मैं इधर रात खाता हूँ दो टाइम खा दूँ कभी बहुत अच्छा है बहुत मज़ा आता है ज़बरदस्त टिक्की है बहुत कोई मिलावट नहीं कीमा है सारा बहुत अच्छे बहुत लोग आते हैं और अच्छा टेस्ट है इसका आप देखो खुद ही बहुत साफ सुथरा ਲੱਗਦਾ ਜੀ ਚੜਿਆ ਹੀ ਨਹੀਂ
Thank you.
हेलो हेलो शेख साहब नान ले आ जा लाल किन्ने नाम से तेरे 130 200 रुपये दे दो 70 रुपये दी आप चावल जी बड़ी बारी लाते गए
दो नान ते पंजाह च अच्छा पांच अच्छा इधरों पंजाह चने कढ़ के दित्ते दो नान दे पानी वाला दफ्तर साढ़ा 20 साल हो गई है। रात को 8 बजे आते हैं, नहीं 3 बजे तक। अंडा, चने, कोफ्ता, चिकन, चावल, नान, रेट चने 70 रुपये, 70-100, चावल भी 70-100। कैसा टेस्ट है भाईजान? हजार रुपये चले पैक पैक करने पैक 1000 रुपये दे यार।
माशाल्लाह 30 साल से खिदमत कर रहे हैं, जायका भी जबरदस्त है, आपके सामने है, छोटे से हम देखते आ रहे हैं, माशाल्लाह बहुत जबरदस्त जायका है और मुनासिब दाम है, अमीर भी खाए गरीब भी खाए, आजकल के दौर में 50 तक क्या माशाल्लाह बिना भाई देते हैं हमारे, वेरी नाइस। ये भाईजान कैसा टेस्ट है? माशाल्लाह बहुत अच्छा टेस्ट है, कोई 3 साल तक मिले हो मिलो जी के पास आप लोग, माशाल्लाह काम भी अच्छा है, रेट भी मुनासिब है, माशाल्लाह काफ़ी देर से ये खिदमत कर रहे हैं, और अल्लाह का शुक्र है टेस्ट बहुत अच्छा है, मैं आप बाकी को भी कहूँगा और भी लोग विजिट करें। Yeah.
Thank you.
ਕਰਕੇ ਆ ਰਹਾ ਹੂੰ ਭਾਗ ਕਰੀ ਲਾ ਲਿਆ।